ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਮੈਂ ਹਾਂ ਨਿਰਭਜ ਰਵਣ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਤੋਂ ਜਸਟਿਸ ਨਿਰਮਲ ਸਿੰਘ ਇੱਥੇ ਮੌਜੂਦ ਨੇ ਸਰ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇੱਕ ਸੰਗਰੂਰ ਬਾਈ ਇਲੈਕਸ਼ਨ ਦੇਖਿਆ ਆਪਾਂ ਜਿੱਥੇ ਭਾਜਪਾ ਨੇ ਵੀ ਜਿਹਾ ਕਿਤੇ ਨਾ ਕਿਤੇ ਆਪਣੀ ਕੁਰਸੀ ਬਣਾਉਣ ਦੀ ਕੋਸ਼ਿਸ਼ ਕੀਤੀ ਆਪਣੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਕਾਲੀ ਦਲ ਜੋ ਭਾਈਵਾਲ ਸੀ ਉਹਨਾਂ ਦੇ ਵਕ ਹੋ ਕੇ ਹੁਣ ਇੱਕ ਹੋਰ ਬਾਈ ਇਲੈਕਸ਼ਨ ਆ ਗਿਆ ਜਲੰਧਰ ਬਾਈ ਇਲੈਕਸ਼ਨ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਦੋ ਇਲੈਕਸ਼ਨ ਆ ਗਏ ਨਾ ਕਿਤੇ ਕਿਤੇ 2024 ਦੀ ਰਣਨੀਤੀ ਜੇ ਹੈ ਤੈਅ ਕਰੇਗੀ ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ ਸੰਗਰੂਰ ਬਾਈ ਇਲੈਕਸ਼ਨ ਅਸੈਂਬਲੀ ਚੋਣਾਂ ਤੋਂ 3 ਮਹੀਨੇ ਬਾਅਦ ਚੋਣ ਆਈ ਸੀ ਜਿੱਥੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦੋਂ ਕਿ ਅਸੈਂਬਲੀ ਇਲੈਕਸ਼ਨ ਚ ਇੱਕ ਬਹੁਤ ਵੱਡਾ ਝੁਕਾਅ ਲੋਕਾਂ ਦਾ ਆਮ ਆਦਮੀ ਪਾਰਟੀ ਵੱਲ ਸੀ ਕਾਰਨ ਸੀ ਕਿ ਲੋਕ ਉਹਨਾਂ ਕਾਂਗਰਸ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਦੋਨੋਂ ਤੋਂ ਹੀ ਬਹੁਤ ਔਖੇ ਸੀ ਜਿਹੜੀ ਨੈਗੇਟਿਵ ਵੋਟ ਸੀ ਨਾ ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਨੂੰ ਪਈ ਪਰੰਤੂ ਜਿਹੜੀ ਆਮ ਆਦਮੀ ਪਾਰਟੀ ਦੀ 3 ਮਹੀਨੇ ਦੀ ਕਾਰਗੁਜ਼ਾਰੀ ਸੀ ਉਹਦਾ ਚਕਾ ਮੁੜ ਕੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣ ਲੜੇ ਸੀ ਉਹਦੇ ਵੱਲ ਚੱਲਿਆ ਗਿਆ ਭਾਵੇਂ ਸਰਾ ਮਾਨ ਨੂੰ ਵੋਟ ਨਹੀਂ ਸੀ ਉਹ ਉਹ ਵੀ 네ਗੇਟਿਵ ਵੋਟ ਸੀ ਹੁਣ ਦੇਖਣਾ ਹੈ ਕਿ ਜਲੰਧਰ ਦੀ ਬਾਏ ਇਲੈਕਸ਼ਨ ਆ ਰਹੀ ਹੈ ਜਿੱਥੋਂ ਤੱਕ ਮੇਰੀ ਆਪਣੀ ਪਰਸਨਲ ਅਸੈਸਮੈਂਟ ਹੈ ਆਮ ਆਦਮੀ ਦਾ ਗ੍ਰਾਫ ਜਿਹੜਾ ਹੈ ਸੰਗਰੂਰ ਦੀ ਬਾਏ ਇਲੈਕਸ਼ਨ ਨਾਲੋਂ ਬਹੁਤ ਨੀਚੇ ਹੋਇਆ ਕਾਰਨ ਕੀ ਹੈ ਕਿ ਕਈ ਕੰਮ ਜਿਹੜੇ ਐ ਸਰਕਾਰ ਚ ਹੋਏ ਐ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਹੈ ਲਾ ਐਂਡ ਆਰਡਰ ਦਾ ਮਰਡਰ ਡਕੈਤੀ ਰੋਜ਼ ਹੀ ਜਦੋਂ ਤੁਸੀਂ ਅਖਬਾਰ ਪੜ੍ਹਦੇ ਐ ਤੁਹਾਨੂੰ ਨਿਊਜ਼ ਮਿਲੂਗੀ ਕਿ ਜੀ ਉੱਥੇ ਮਰਡਰ ਹੋ ਗਿਆ ਉੱਥੇ ਹੋ ਗਿਆ ਉੱਥੇ ਖੋਹ ਹੋ ਗਈ ਉੱਥੇ ਡਾਕਾ ਪੈ ਗਿਆ ਉੱਥੇ ਚੋਰੀ ਹੋ ਗਈ ਤੇ ਉੱਥੇ ਇਹ ਹੋ ਗਿਆ ਤੇ ਇਹ ਗਵਰਨ ਇਹ ਸਾਰੇ ਦਾ ਸਾਰਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਗਵਰਨੈਂਸ ਹੈ ਉਹ 1 ਸਾਲ ਹੋ ਗਿਆ ਹਲੇ ਤੱਕ ਗਵਰਨੈਂਸ ਲੋਕਾਂ ਚ ਪਬਲਿਕ ਚ ਦਿਖ ਨਹੀਂ ਰਹੀ ਲੋਕਾਂ ਨੂੰ ਹਲੇ ਵੀ ਇਹ ਨਹੀਂ ਪਤਾ ਲੱਗ ਰਿਹਾ ਖਾਸ ਕਰਕੇ ਬਿਊਰੋਕਰੇਸੀ ਨੂੰ ਕਿ ਪਾਵਰ ਸੈਂਟਰ ਕਿਹੜਾ ਹੈ ਕਿਹਦਾ ਹੁਕਮ ਮੰਨਿਆ ਜਾਏ ਸਰਾਰ ਭਗਵਾਨ ਸਿੰਘ ਮਾਨ ਦਾ ਹੁਕਮ ਮੰਨਿਆ ਜਾਏ ਦਾ ਦਿੱਲੀ ਵਾਲਿਆਂ ਦਾ ਹੁਕਮ ਮੰਨਿਆ ਜਾਏ ਜੇ ਕੋਈ ਭਗਵਾਨ ਸਿੰਘ ਮਾਨ ਹੁਕਮ ਕਰਦਾ ਤਾਂ ਉਹ ਦਿੱਲੀ ਵਾਲੇ ਉਹਨੂੰ ਕੱਟਦੇ ਨਹੀਂ ਜੇ ਦਿੱਲੀ ਵਾਲੇ ਕਰਦੇ ਕਰਦੇ ਆ ਤੇ ਭਗਵਾਨ ਸਿੰਘ ਮਾਨ ਜਿਹੜਾ ਹੈ ਉਹਦਾ ਰਿਜ਼ਲਟ ਇਹ ਹੈ ਤੁਸੀਂ ਅੱਜ ਦੇਖਦੇ ਆ ਕਿ ਜਲੰਧਰ ਬਾਈ ਇਲੈਕਸ਼ਨ ਹੋ ਰਿਹਾ ਹੈ ਕੋਈ ਵਲੰਟੀਅਰ ਜਲੰਧਰ ਚੋਂ ਜਲੰਧਰ ਚੋਂ ਇਹਨਾਂ ਨੂੰ ਤਿੰਨ ਤਿੰਨ ਜਾਂ ਚਾਰ ਐਮਐਲਏ ਜਿਹੜੇ ਹੈ ਆਪ ਆਮ ਆਦਮੀ ਪਾਰਟੀ ਨੂੰ ਦੇ ਆਏ ਸੀ ਉਹਨਾਂ ਕੰਸਟੀਟੂਐਂਸੀਆਂ 'ਚ ਇੱਕ ਵੀ ਵਲੰਟੀਅਰ ਜਿਹੜਾ ਹੈ ਐਸ ਯੋਗ ਨਹੀਂ ਮਿਲਿਆ ਕਿ ਉਹਨੂੰ ਇਹ ਚੋਣ ਲੜਾ ਸਕਦੇ ਕਿਉਂ ਨਹੀਂ ਲੋਕ ਜਿਹੜੇ ਇਹਨਾਂ ਦੇ ਨਾਲ ਜੁੜੇ ਸੀ ਉਹ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਤੇ ਦੂਸਰਾ ਬਾਕੀ ਪਾਰਟੀਆਂ ਜਿਹੜੀ ਜਿੱਥੇ ਤੱਕ ਤੁਸੀਂ ਸਵਾਲ ਕਰਿਆ ਕਿ ਬੀਜੇਪੀ ਦਾ ਬੀਜੇਪੀ ਸਿੱਖ 체ਰੇ ਬਾਈ ਇਲੈਕਸ਼ਨ ਤੋਂ ਬਾਅਦ ਸੰਗਰੂਰ ਦੀ ਬਾਈ ਇਲੈਕਸ਼ਨ ਤੋਂ ਬਾਅਦ ਜਾਂ ਉਦੋਂ ਵੀ ਉਹਨਾਂ ਨੇ ਸ਼ਾਮਲਤਾ ਕਰੇ ਪਰੰਤੂ ਪੰਜਾਬ ਚ ਜਿਹੜਾ ਹੈ ਜਿਹੜਾ ਸਿੱਖ ਵੋਟਰ ਹੈ ਸਿੱਖ ਸਾਕੀ ਹੈ ਉਹ ਬੀਜੇਪੀ ਦੇ ਨਾਲ ਸਹਿਮਤ ਨਹੀਂ ਹੈ ਉਹਨਾਂ ਦੀ ਪਾਲਿਸੀ ਨਾਲ ਬਿਲਕੁਲ ਹੀ ਸਹਿਮਤ ਨਹੀਂ ਹੈ ਕਿ ਹਿੰਦੂਤਵ ਦਾ ਜਿਹੜਾ ਫੋਬੀਆ ਕੱਲੇ ਪੰਜਾਬs ਨਹੀਂ ਸਾਰੇ ਹਿੰਦੁਸਤਾਨ ਚ ਦਿਖਾਇਆ ਜਾਂਦਾ ਹੈ ਖਾਸ ਕਰਕੇ ਉਹਨਾਂ ਸਟੇਟਾਂ ਚ ਜਿਹੜੇ ਨੌਨ ਹਿੰਦੀ ਸਪੀਕਿੰਗ ਸਟੇਟਾਂ ਭਾਵੇਂ ਤਾਮਲਨਾਡ ਹੈ ਭਾਵੇਂ ਆਂਧਰਾ ਹੈ ਭਾਵੇਂ ਬੰਗਾਲ ਹੈ ਭਾਵੇਂ ਉੜੀਸਾ ਹੈ ਇਹਨਾਂ ਸਟੇਟਾਂ ਚ ਹਿੰਦੂਤਵ ਦਾ ਦਬਦਬਾ ਦਿਖਾਇਆ ਜਾਂਦਾ ਉਹ ਲੋਕ ਜਿਹੜੇ ਹੈ ਹਿੰਦੂਤਵ ਨੂੰ ਐਕਸੈਪਟ ਕਰਨ ਵਾਸਤੇ ਰਾਜੀ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਰੀਜਨਲ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਨੂ ਜਿਹੜੇ ਲੋਕ ਸਮਝਦੇ ਸੀ ਕਿ ਇਹ ਪੰਜਾਬ ਦੀ ਰਾਖੀ ਕਰਦੇ ਪਰੰਤੂ ਪਿਛਲੇ ਸਮੇਂ ਚੋ ਕੀ ਹੋਇਆ ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸਰਵਵੀਰ ਸਿੰਘ ਬਾਦਲ ਨੂੰ ਬਣਾਇਆ ਗਿਆ ਉਹਨਾਂ ਨੇ ਪਾਰਟੀ ਨੂੰ ਪੰਜ ਪ੍ਰਧਾਨੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਾਰਟੀ ਹੈ ਇਹ ਜਦੋਂ ਤੋਂ ਐਗਜ਼ਿਸਟੈਂਸ ਚ ਆਈ 1920 ਤੋਂ ਬਾਅਦ ਇਹ ਪਾਰਟੀ ਪੰਜ ਪ੍ਰਧਾਨੀ ਦੇ ਅਸੂਲ ਤੇ ਚੱਲਦੀ ਰਹੀ ਪਰੰਤੂ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪਾਵਰ 'ਚ ਆਇਆ ਤਾਂ ਉਦੋਂ ਤੋਂ ਪੰਜ ਪ੍ਰਧਾਨੀ ਸਿਸਟਮ ਜਿਹੜਾ ਹੈ ਟੋਟਲੀ ਖਤਮ ਸਾਰੀ ਪਾਵਰ ਆਪਣੇ ਹੱਥ 'ਚ ਲਈ ਆਪ ਉਸ ਪਾਵਰ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੱਖ ਬਲ ਆਸਪੀਨਾ ਗੁਰੂ ਘਰ ਨਾਲ ਤੇ ਪੰਜਾਬ ਦੀ ਬਿਹਤਰੀ ਬਾਰੇ ਲੋਕ ਸੋਚਦੇ ਸੀ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਹਰ ਚਲੇ ਗਏ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਲੀਡਰ ਸੀ ਉਹਨਾਂ ਨੇ ਆਪਣੇ ਆਪਣੇ ਜਿਹੜੇ ਹੈ ਜਿਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬਹੁਤ ਸਾਰੇ ਜਿਹੜੇ ਹੈ ਦਿੱਲੀ ਚ ਵੀ ਪੰਜਾਬ ਚ ਪੰਜਾਬ ਤੋਂ ਬਾਹਰ ਹੋਈ ਉਹ ਜਿਹੜੇ ਲੋਕ ਹੈ ਸੁਖਵੀਰ ਦੀ ਪਾਲਿਸੀ ਨਾਲ ਸਹਿਮਤ ਨਹੀਂ ਕਿਉਂਕਿ ਸੁਖਵੀਰ ਪਾਰਟੀ ਨੂੰ ਚਲਾਉਂਦਾ ਹੈ ਜਿਸ ਤਰ੍ਹਾਂ ਕਾਰਪੋਰੇਟ ਕਾਰਪੋਰੇਟ ਹਾਊਸਸ ਹੈ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਹੁੰਦੇ ਆ ਸੁਖਵੀਰ ਜਿਹੜਾ ਹੈ ਇੱਕ ਬਹੁਤ ਵੱਡੀ ਵਧੀਆ ਜਿਹੜਾ ਹੈ ਇਹ ਲੀਡਰ ਨਹੀਂ ਹੈ ਮੇਰੇ ਕੋਲ ਜਿੱਥੇ ਮੈਂ ਸਵਾਲ ਪੁੱਛਣਾ ਚਾਹਾਂਗੀ ਤੁਸੀਂ ਕਹਿ ਰਹੇ ਹੋ ਕਿ ਕਾਰਪੋਰੇਟ ਤੇ ਢੰਗ ਦੇ ਨਾਲ ਜੇ ਹੈ ਸੁਖਬੀ ਸਿੰਘ ਬਾਦਲ ਇਸ ਵੇਲੇ ਬਾਦਲ ਜੀ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਚਲਾ ਰਹੇ ਲੇਕਿਨ ਤੁਹਾਨੂੰ ਲੱਗਦਾ ਕਿ ਜੋ ਮਤਲਬ ਉਹਨਾਂ ਦੇ ਜੋ ਸਟੈਪਸ ਨੇ ਉਹ ਸਹੀ ਨਹੀਂ ਨੇ ਉਹ ਸਟੈਪਸ ਦੇ ਕਰਕੇ ਸ਼੍ਰੋਮਣੀ ਕਾਲੀ ਦਲ ਨੀਚੇ ਆਇਆ ਹੈ ਲੇਕਿਨ ਅੱਜਕੱਲ੍ਹ ਉਮੀਦਵਾਰ ਜੇ ਬਸਪਾ ਤੇ ਅਕਾਲੀ ਦਲ ਦੇ ਵੱਲੋਂ ਜੇ ਬਣਾਇਆ ਗਿਆ ਹੈ ਉਸ ਡਾਕਟਰ ਸੁਖੀ ਜੋ ਮੌਜੂਦਾ ਐਮਐਲਏ ਨੇ ਕੀ ਉਹ ਸਹੀ ਉਮੀਦਵਾਰ ਨੇ ਤੁਹਾਡੇ ਵੱਲੋਂ ਕੀ ਲੱਗਦਾ ਦੇਖੋ ਜਿੱਥੇ ਤੱਕ ਪਹਿਲੀ ਗੱਲ ਤਾਂ ਇਹ ਹੈ ਸ਼੍ਰੋਮਣੀ ਕਾਲੀ ਦਲ ਦੀ ਕੋਸ਼ਿਸ਼ ਇਹ ਹੁੰਦੀ ਸੀ ਇਸ ਵਾਰੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਸਾਤਾਰੀ ਪਗੜੀ ਵਾਲਾ ਉਮੀਦਵਾਰ ਉਤਾਰਾ ਪਰ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਪੋਜੀਸ਼ਨ ਇਹ ਹੈ ਕਿ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਸੁਖਵੀਰ ਸਿੰਘ ਬਾਦਲ ਨੇ ਸਰਦਾਰ ਸਰਵਣ ਸਿੰਘ ਫਲੌਰ ਨੂੰ ਪਾਰਟੀ ਚੋਂ ਜਲੀਲ ਕਰਕੇ ਕੱਢਿਆ ਤੇ ਜਦੋਂ ਉਹ ਬਾਹਰ ਆਏ ਤੇ ਉਸ ਤੋਂ ਬਾਅਦ ਹੁਣ ਜਦੋਂ ਕੈਂਡੀਡੇਟ ਨਹੀਂ ਮਿਲਿਆ ਤਾਂ ਇਹਨਾਂ ਤੇ ਪੂਰੇ ਡੋਰੇ ਪਏ ਜਿਨ੍ਹਾਂ ਨੂੰ ਪੰਜਾਬੀ ਚ ਡੋਰੇ ਪਏ ਪੂਰੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਤਰ੍ਹਾਂ ਵਾਪਸ ਪਾਰਟੀ ਚ ਆ ਜਾਣ ਪਰੰਤੂ ਜਿੱਥੋਂ ਤੱਕ ਮੇਰੀ ਪਰਸਨਲ ਇਨਫੋਰਮੇਸ਼ਨ ਹੈ ਜਾਂ ਮੇਰੀ ਨੌਲੇਜ ਹੈ ਜਾਂ ਮੇਰੀ ਫਲੋਰ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ ਕੋਈ ਗੱਲਬਾਤ ਇਸ ਮਸਲੇ ਤੇ ਜਾਂ ਉਹਨਾਂ ਦਾ ਕੋਈ ਮਨ ਜਿਹੜਾ ਹੈ ਉਹ ਬਾਦਲ ਅਕਾਲੀ ਦਲ ਚ ਜਾਣਦਾ ਨਹੀਂ ਸੀ ਪਰੰਤੂ ਮੀਡੀਆ ਨੇ ਤੇ ਜਿਹੜਾ ਸੁਖਵੀਰ ਨੇ ਪ੍ਰਚਾਰ ਕਰਿਆ ਸੀ ਉਹਦੇ ਕਰਕੇ ਉਹਨਾਂ ਦਾ ਨਾਮ ਚੱਲ ਰਿਹਾ ਸੀ ਤੇ ਇਹਨਾਂ ਨੂੰ ਜਦੋਂ ਕੈਂਡੀਡੇਟ ਹੀ ਨਹੀਂ ਮਿਲ ਰਿਹਾ ਜਿੱਥੋਂ ਤੱਕ ਸੁਖੀ ਦਾ ਸਬੰਧ ਹੈ ਸੁਖੀ ਨੂੰ ਵੀ ਮੈਨੂੰ ਨਹੀਂ ਪਤਾ ਵੀ ਕਿੰਨਾ ਕੁ ਜਿਹੜਾ ਹੈ ਉਹਨਾਂ ਨੂੰ ਇਸ ਗੱਲ ਦਾ ਬੈਨੀਫਿਟ ਮਿਲੂਗਾ ਤੇ ਸਾਰੇ ਦੇਖੋ ਅਸੈਂਬਲੀ ਕੰਸਟੀਟੂਐਂਸੀਜ਼ ਹਰ ਆਦਮੀ ਦਾ ਆਪਣਾ ਪਰਸਨਲ ਇਨਫਲੂਐਂਸ ਹੁੰਦਾ ਬੰਗਾ ਹਲਕੇ 'ਚ ਉਹਨਾਂ ਦਾ ਪਰਸਨਲ ਇਨਫਲੂਐਂਸ ਸੀ ਪਹਿਲੇ ਉਹ BSP ਨਾਲ ਜੁੜੇ ਹੋਏ ਸੀ ਉਹ BSP ਦੇ ਵਰਕਰ ਨੇ ਵੀ ਉਹਨਾਂ ਦੀ ਸਪੋਰਟ ਕਰੀ ਤੇ ਕਾਲੀ ਦਲ ਨੇ ਵੀ ਸਪੋਰਟ ਕਰੀ ਉਸ ਹਾਲਾਤ ਚ ਉਹ ਚੋਣ ਜਿੱਤ ਗਏ ਪਰੰਤੂ ਹੁਣ ਜਿਹੜਾ 9 ਕੰਸਟੀਟੂਐਂਸੀ ਹੈ 9 ਹਲਕਿਆਂ ਚ ਜਿਹੜਾ ਚੋਣ ਲੜਨੀ ਹੈ ਇਹ ਬਹੁਤ ਔਖੀ ਹੁੰਦੀ ਹੈ ਇਹ ਉਦੋਂ ਹੀ ਚੋਣ ਲੜੀ ਜਾਂਦੀ ਹੈ ਜਦੋਂ ਕੋਈ ਵੀ ਕੈਂਡੀਡੇਟ ਜਿਹੜਾ ਹੋਏ ਉਹਦਾ ਇਨਫਲੂਐਂਸ ਜਿਹੜਾ ਹੈ ਉਹਦੇ ਵਰਕਰ ਜਿਹੜੇ ਹੈ 9 ਇਹ ਹਲਕਿਆਂ ਚ ਉਹਨੂੰ ਸਪੋਰਟ ਕਰਨ ਤਾਂ ਅੱਗੇ ਆ ਸਕਦਾ ਸਰ ਕਿਉਂਕਿ ਨੋ ਹਲਕੇ ਨੇ ਚਾਰ ਰਿਜ਼ਰਵ ਨੇ ਤੇ ਇਸ ਦੇ ਵਿਚਕਾਰ ਪੰਜ ਕਾਂਗਰਸ ਦੇ ਕੋਲ ਨੇ ਚਾਰ ਆਮ ਆਦਮੀ ਪਾਰਟੀ ਦੇ ਕੋਲ ਨੇ ਆ ਆਪਾਂ ਗੱਲ ਕਰ ਲਈ ਆਜ਼ਾਦੀ ਤੋਂ ਬਾਅਦ ਹੁਣ ਤੱਕ 17 ਚੋਣਾਂ ਹੋ ਚੁੱਕੀਆਂ ਨੇ ਉਹਨਾਂ ਇਲੈਕਸ਼ਨ ਵਿਚਕਾਰ 13 ਵਾਰ ਜਿਹ ਹੈ ਕਾਂਗਰਸ ਜਿੱਤੀ ਹੈਗੇ ਦੋ ਬਾਰ ਬਸਪਾ ਤੇ ਦੋ ਬਾਰ ਅਕਾਲੀ ਦਲ ਤਾਂ ਇਹ ਦੋ ਦੋ ਬਾਰ ਬਸਪਾ ਤੇ ਅਕਾਲੀ ਦਲ ਜਿੱਤੇ ਨੇ ਯਾਨੀ ਕਿ ਚਾਰ ਵਾਰ ਜਿੱਤ ਹੋ ਗਈ ਹੈ ਅਗਰ ਅਜਪਾਈ ਵਾਲ ਨੇ ਤਾਂ ਤੁਹਾਨੂੰ ਲੱਗਦਾ ਕਿਉਂਕਿ ਇਹ ਰਿਜ਼ਰਵ ਸੀਟ ਹੈ ਦਲਿਤ ਪਾਈਚਾਰਾ ਇੱਥੇ ਬਹੁਤ ਜ਼ਿਆਦਾ ਹੈ ਤੇ ਕੀ ਇਸ ਦਾ ਫਾਇਦਾ ਕਾਲੀ ਦਲ ਨੂੰ ਮਿਲ ਸਕਦਾ ਹੈ ਜਾਂ ਫਿਰ ਇਸ ਤੇ ਵਿਚਾਰ ਕਿਉਂਕਿ ਇੱਕ ਸਿੰਮਫਤੀ ਵੋਟ ਕਾਂਗਰਸ ਨੂੰ ਵੀ ਮਿਲ ਸਕਦੀ ਹੈ ਆਮ ਆਦਮੀ ਪਾਰਟੀ ਨੇ ਜਿਵੇਂ ਕਾਂਗਰਸ ਦੀ ਦੇ ਵੋਟਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਇਹ ਸਥਿਤੀ ਬਹੁਤ ਖਿੱਚੋ ਤਾਣ ਵਾਲੀ ਹੈਗੀ ਦੇਖੋ ਇਸ ਬਾਰੇ ਇੱਕ ਪੋਲੀਟੀਕਲ ਐਨਾਲਿਸਿਸ ਕਰਨਾ ਇਹ ਬਹੁਤ ਔਖਾ ਹੁੰਦਾ ਹੈ ਕਿ ਕਿਸ ਪਾਰਟੀ ਨੂੰ ਕਿਹੜਾ ਸੈਕਸ਼ਨ ਸੁਸਾਇਟੀ ਦਾ ਉਹ ਬੋਟ ਕਾਸਟ ਕਰੂਗਾ ਜਾਂ ਉਹਦੇ ਨਾਲ ਤੁਰੂਗਾ ਜਿਹੜਾ ਜਲੰਧਰ ਦੀ 9 ਕੰਸਟੀਚੂਐਂਸੀ ਹੈ ਇੱਥੇ ਜਿਹੜੀ ਸ਼ਡਿਊਲਡ ਕਾਸਟ ਵੋਟ ਹੈ ਇਹ ਮੈਕਸਿਮਮ ਹੈ ਸਾਰੇ ਪੰਜਾਬ ਚੋਂ ਸਭ ਤੋਂ ਵੱਧ ਜਿਹੜੀ ਹੈ ਦੁਆਬੇ ਚ ਸ਼ਡਿਊਲਡ ਕਾਸਟ ਵੋਟ ਹੈ ਸ਼ਡਿਊਲਡ ਕਾਸਟ ਵੋਟ ਦਾ ਜਿਹੜਾ ਚਕਾਓ ਹੈ ਸ਼ੁਰੂ ਤੋਂ ਪਹਿਲੇ ਸੀ ਉਹ ਕਾਂਗਰਸ ਵਾਲ ਰਿਹਾ ਪਰੰਤੂ ਕਾਂਗਰਸ ਦੀਆਂ ਪਾਲਿਸੀਆਂ ਤੋਂ ਵੀ ਜਿਹੜੇ ਹੈ ਲੋਕ ਤੰਗ ਹੋਏ ਤੇ ਉਹ ਡਿਫਰੈਂਟ ਪਾਰਟੀਆਂ ਚਲੇ ਪਰੰਤੂ ਮਨ ਨੂੰ ਨਹੀਂ ਲੱਗਦਾ ਕਿ ਇਸ ਹਾਲਾਤ ਚ ਵੀ ਅਕਾਲੀ ਦਲ ਨੂੰ ਇਹਦਾ ਕੋਈ ਬੈਨੀਫਿਟ ਮਿਲੂਗਾ ਕਿ ਜੀ ਅਸੀਂ ਦੇਖੋ ਜਿੰਨੇ ਵੀ ਕੈਂਡੀਡੇਟ ਹੈ ਉਹ ਸਾਰੇ ਦੇ ਸਾਰੇ ਐਸਸੀ ਹੈ ਕੋਈ ਨੌਨ ਐਸਸੀ ਤੇ ਹੈ ਹੀ ਨਹੀਂ ਐਸਸੀਾਂ ਚ ਹੀ ਵੋਟ ਡਿਵਾਈਡ ਹੋ ਰਹੀ ਹੈ ਬਾਕੀ ਇਹ ਸਹ ਕੰਸਟੀਟੂਐਂਸੀ ਚ ਡੇਰੇ ਦਾ ਇਨਫਲੂਐਂਸ ਵੀ ਹੈ ਕਿ ਡੇਰੇ ਦੇ ਜਿਹੜੇ ਫਾਲੋਅਰ ਹੈ ਉਹ ਕਿਸ ਪਾਸੇ ਆਪਣਾ ਚਕਾ ਰੱਖਦੇ ਆ ਇਹ ਠੀਕ ਹੈ ਕਿ ਡੇਰੇ ਦੇ ਜਿਹੜੇ ਹੈੱਡ ਹੈ ਉਹ ਡਾਇਰੈਕਟ ਇਨਫਲੂਐਂਸ ਨਹੀਂ ਕਰਦੇ ਉਹ ਕਿਸੇ ਪਾਰਟੀ ਦੇ ਹੱਕ ਚ ਸਪੋਰਟ ਨਹੀਂ ਕਰਦੇ ਪਰੰਤੂ ਕਈ ਜਿਹੜੇ ਕੈਂਡੀਡੇਟ ਬਣਦੇ ਆ ਜਾਂ ਕੈਂਡੀਡੇਟ ਹੋਣਗੇ ਉਹ ਡੇਰੇ ਚ ਵੀ ਜਾਂਦੇ ਆ ਇਸ ਕਰਕੇ ਡੇਰੇ ਦੇ ਫਾਲੋਅਰ ਕਿਸ ਕੈਂਡੀਡੇਟ ਨੂੰ ਵੱਧ ਪੈਣਗੇ ਇਹ ਸਮਝ ਦੱਸੂਗਾ ਇਸ ਵਾਰੀ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਸਰ ਇਥੇ ਕੋਰ ਸਵਾਲ ਹੈਗਾ ਸੰਗਰੂਰ ਬਾਈ ਇਲੈਕਸ਼ਨ ਚ ਆਪਾਂ ਇੱਕ ਦੇਖਿਆ ਇੱਕ ਲੋਕਾਂ ਦੇ ਵਿਚਾਰ ਖਿੱਚ ਹੁੰਦੀ ਸੀਗੀ ਚੋਣਾਂ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਥੋੜੀ ਘੱਟ ਦੇਖਣ ਨੂੰ ਮਿਲੀ ਇਸ ਦੇ ਨਾਲ ਹੀ ਚੋਣਾਂ ਦੇ ਵਿਚਕਾਰ ਹਿੱਸਾ ਵੀ ਬਹੁਤ ਘੱਟ ਲੋਕਾਂ ਨੇ ਲੀਤਾ ਤੁਹਾਨੂੰ ਕੀ ਲੱਗਦਾ ਜਲੰਧਰ ਬਾਈ ਇਲੈਕਸ਼ਨ ਜੋ ਸੰਗਰੂਰ ਚ ਹੋਇਆ ਕੀ ਇੱਕ ਵਾਰ ਫਿਰ ਤੋਂ ਰਿਪੀਟ ਹੋ ਸਕਦਾ ਮਤਲਬ ਲੋਕਾਂ ਦਾ ਚੁਕਾ ਚੋਣਾਂ ਦੇ ਵਿਚਕਾਰ ਘੱਟ ਹੋਵੇ ਕਿਉਂਕਿ ਦੇਖੋ ਜਿੱਥੋਂ ਤੱਕ ਚੋਣਾਂ 'ਚ ਲੋਕਾਂ ਦਾ ਚਕਾ ਆਏ ਓਵਰ ਆਲ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਲੋਕ ਜਿਹੜੇ ਪੋਲੀਟੀਕਲ ਲੀਡਰ ਹੈ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਕੁਝ ਲੋਕ ਪੋਲੀਟੀਕਲ ਲੀਡਰ ਹੀ ਹੈ ਜਿਨ੍ਹਾਂ ਦੀ ਪਬਲਿਕ 'ਚ ਰਿਸਪੈਕਟ ਆਦਰਵਾਇਜ਼ ਲੋਕ ਜਿਹੜੇ ਹੈ ਵੋਟ ਪੋਲਿਟਿਕਸ ਤੋਂ ਜਿਹੜੀ ਹੈ ਇਹ ਦੂਰ ਹੁੰਦੇ ਜਾ ਰਹੇ ਆ ਲੋਕਾਂ ਦਾ ਕੋਈ ਬਹੁਤਾ ਇੰਟਰਸਟ ਨਹੀਂ ਰਿਹਾ ਜਿੱਥੋਂ ਤੱਕ ਕਈ ਪਾਰਟੀਆਂ ਦਾ ਸਬੰਧ ਹੈ ਕਿ ਲਾਲੀ ਪਾਪ ਦੇਣੇ ਫ੍ਰੀ ਦੀਆਂ ਚੀਜ਼ਾਂ ਵੰਡਣੀਆਂ ਦੇਖੋ ਕੋਈ ਸਰਕਾਰ ਫ੍ਰੀ ਨਹੀਂ ਕੋਈ ਚੀਜ਼ ਦੇ ਸਕਦੀ ਜੇ ਤੁਹਾਨੂੰ ਕੋਈ ਇਹ ਚੀਜ਼ ਫ੍ਰੀ ਮਿਲੇਗੀ ਸਰਕਾਰ ਕੋਲ ਅਜੀ ਜੀ ਤਾਂ ਕੋਈ ਮਸ਼ੀਨ ਨਹੀਂ ਕਿ ਉਹਨੇ ਨੋਟਸ ਆਪ ਲੈਣੇ ਉਹ ਇਹ ਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਬੀ ਨੂੰ ਟੈਕਸ ਲਾ ਕੇ ਤੁਹਾਡੇ ਕੋਲੋਂ ਹੀ ਵਸੂਲ ਕੇ ਤੁਹਾਨੂੰ ਹੀ ਦੇਣੇ ਲੋਕਾਂ ਨੂੰ ਜੇ ਪਬਲਿਕ 'ਚ ਪੁੱਛਿਆ ਜਾਂਦਾ ਜੇ ਅੱਜ ਫ੍ਰੀ ਬਿਜਲੀ ਦੀ ਗੱਲ ਕਰਦੇ ਆ 90% ਜੇ ਸਰਵੇ ਕਰਾਓ ਸਾਰੇ ਪੰਜਾਬ 'ਚ ਇਸ ਗੱਲ ਤੇ ਆਉਣਗੇ ਕਿ ਜੀ ਰੇਟ ਸਸਤੇ ਚਾਹੀਦੇ ਆ ਹਰ ਇੱਕ ਨੂੰ ਰੇਟ ਸਸਤਾ ਕਰੋ ਫ੍ਰੀ ਨਹੀਂ ਚਾਹੀਦਾ ਇਸ ਕਰਕੇ ਲੋਕਾਂ ਦਾ ਵੋਟ ਪੋਲਿਟਿਕਸ ਤੋਂ ਦੂਰ ਹੁੰਦੇ ਜਾ ਰਹੇ ਜਿਹੜਾ ਰਿਜ਼ਲਟ ਜਿਹੜਾ ਹੈ ਲੋਕਾਂ ਦਾ ਨਾਂ ਵੋਟਪਾਉਂਡ ਨਾਲ ਨਿਕਲਣਾ ਜਾਂ ਨਾ ਇੰਟਰਸਟ ਲੈਣਾ ਜਿਹੜਾ ਸੰਗਰੂਰ ਚ ਹੋਇਆ ਸੀ ਉਹੀ ਹਾਲ ਜਲੰਧਰ ਚ ਵੀ ਰਿਪੀਟ ਹੋਣ ਦੇ ਸੁਭਾਅ ਨਾਲ ਸਲਾਸ ਵਾਰ ਹੈਗਾ ਕਿਉਂਕਿ ਸਮਾਂ ਬਹੁਤ ਘਟ ਹੈ ਮੈਂ ਸਿਰਫ ਇਹ ਜਾਨਣਾ ਚਾਹਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹ ਹੈ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਪਾਈਵਲ ਹੈ ਆ ਕੀ ਭਾਜਪਾ ਦਾ ਹਜੇ ਕੋਈ ਵੀ ਚਿਹਰਾ ਅਨਾਉਂਸ ਨਹੀਂ ਹੋਇਆ ਜੇ ਕੋਈ ਚਿਹਰਾ ਅਨਾਉਂਸ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹ ਹੈ ਆਪਣਾ ਸਪੋਰਟ ਦੇਵੇਗਾ ਦੇਖੋ ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸਬੰਧ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਅਸੀਂ ਅੱਜ ਮੀਟਿੰਗ ਕਰੀ ਸੀ ਅਸੀਂ ਮੀਟਿੰਗ 'ਚ ਫੈਸਲਾ ਲਿਆ ਹੈ ਕਿ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਇਹਦਾ ਫੈਸਲਾ ਸਰਦਾਰ ਸੁਖਦੇਵ ਸਿੰਘ ਜੀ ਢੀਂਟਸਾ ਤੇ ਬੀਬੀ ਜਗੀਰ ਕੌਰ ਤੇ ਜਲੰਧਰ ਦੇ ਜਿਹੜੇ ਸਾਡੀ ਸ਼੍ਰੋਮਣੀ ਅਕਾਲੀ ਦਲ ਸੰਯੁਗ ਦੀ ਲੋਕਲ ਲੀਡਰਸ਼ਿਪ ਹੈ ਦੋਨੇ ਜ਼ਿਲ੍ਹਾ ਪ੍ਰਧਾਨ ਹੋਏ ਜਾਂ ਹੋ ਜਿੰਨੇ ਵੀ ਅਹੁਦੇਦਾਰ ਹੈ ਉਹਨਾਂ ਨੂੰ ਕੰਫੀਡੈਂਸ ਲਈ ਕਿ ਇਹ ਫੈਸਲਾ ਕਰਨਗੇ ਦੂਸਰਾ ਇਹ ਵੀ ਫੈਸਲਾ ਉਹੀ ਕਰਨਗੇ ਕਿ ਅਸੀਂ ਆਪਣਾ ਇੰਡੀਪੈਂਡੈਂਟ ਕੈਂਡੀਡੇਟ ਦੇਣਾ ਜਾਂ ਬੀਜੇਪੀ ਨੂੰ ਸਪੋਰਟ ਕਰਨੀ ਇਹ ਵੀ ਹੋ ਸਕਦਾ ਹੈ ਕਿ ਜੇ ਬੀਜੇਪੀ ਕੈਂਡੀਡੇਟ ਜਿਹੜਾ ਹੈ ਉਹ ਸਾਡੇ ਕੋਲੋਂ ਲਏ ਤੇ ਨਿਸ਼ਾਨ ਉਹਨਾਂ ਦਾ ਵੀ ਹੋ ਸਕਦਾ ਹੈ ਇਹ ਹਲੇ ਜੇ ਬਿਲਕੁਲ ਕੁਝ ਨਹੀਂ ਪਤਾ ਵੀ ਕੀ ਅੱਗੇ ਫਿਚਰ ਚ ਕੀ ਹੋਣਾ ਹੈ ਇਹ ਪਰ ਜਿਹੜੀ ਜੋ ਵੀ ਸਥਿਤੀ ਹੈ ਇਹ 2 ਜਾਂ 3 ਦਿਨਾਂ ਚ ਟੋਟਲ ਕਲੀਅਰ ਹੋ ਜਾਊਗਾ ਦਾ ਨੂੰ ਦੱਸਦੀ ਗਈ 2-3 ਦਿਨ ਦਿਨ ਵਿਚਾਰ ਜੇ ਹੈ ਜਸਟਿਸ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਥਿਤੀ ਸਪਸ਼ਟ ਹੋ ਜਾਏਗੀ ਕਿ ਪਾਸ਼ਪਨੂਸਾਦ ਦੇਣਾ ਹੈ ਜਾਂ ਨਹੀਂ ਦੇਣਾ ਹੈ ਜਾਂ ਫਿਰ ਕੀ ਪਤਾ ਜੋ ਚਹਿਰ ਹੈ ਉਸ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੋਂ ਲਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਡੇਰਾ ਇਨਫਲੂਐਂਸ ਵੀ ਦੇਖਣ ਨੂੰ ਮਿਲ ਸਕਦਾ ਹੈ ਜਲੰਧਰ ਬਾਈ ਇਲੈਕਸ਼ਨ ਦੇ ਵਿਚਾਰ ਲੇਕਿਨ ਸਭ ਤੋਂ ਵੱਡੀ ਗੱਲ ਹੈ ਜੋ ਸੰਗਰੂਰ ਬਾਈ ਇਲੈਕਸ਼ਨ ਦੇ ਵਿਚਾਰ ਲੋਕਾਂ ਦੇ ਵਿਚਾਰ ਜੋ ਰੁਝਾਨ ਸੀ ਉਹ ਬਹੁਤ ਘੱਟ ਦੇਖਣ ਨੂੰ ਮਿਲਿਆ ਸੀ ਕਿ ਉਹ ਜਲੰਧਰ ਬਾਈ ਇਲੈਕਸ਼ਨ ਨੂੰ ਦੇਖਣ ਨੂੰ ਮਿਲੇਗਾ ਕਿ ਨਹੀਂ ਇਹ ਤਾਂ 10 ਤਰੀਕ ਨੂੰ ਪਤਾ ਲੱਗੇਗਾ ਲੇਕਿਨ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਕੈਮਰਾਮੈਨ ਦੀਪਕ ਦੇ ਨਾਲ ਨਿਰੂਪ ਜਿਲਵਾਨ ਦੈਨਿਕ ਸਵੇਰਾ ਟੀਵੀ